ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ 'ਚ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ ਤੇ ਕੁਝ ਲੋਕ ਮੁੜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਨਾਲ ਗੱਠਜੋੜ ਦੀ ਗੱਲ ਚੱਲ ਰਹੀ ਹੈ ਤੇ ਭਾਜਪਾ ਨਾਲ ਮੁੱਦਿਆਂ ਦੇ ਆਧਾਰ ਤੇ ਹੀ ਗੱਠਜੋੜ ਸੰਭਵ ਹੈ। ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਕਿਹਾ ਗਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜੋ ਵੀ ਜਿਹੜੀ ਸਮਝੌਤੇ ਹੋਣਗੇ ਮੁੱਦਿਆਂ ਦੇ ਆਧਾਰ ਤੇ ਹੋਣਗੇ ਤੇ ਉਹ ਜਲਦੀ ਜਿਹੜਾ ਪਾਰਟੀ ਦੇ ਵਿੱਚ ਬੈਠ ਕੇ ਫੈਸਲਾ ਕਰ ਲਿਆ ਜਾਊਗਾ ਤੇ ਸੋ ਅੱਜ ਇਹਦੇ ਬਾਰੇ ਕੀ ਅਮਲੀ ਕੀ ਹੈ ਫਾਈਨਲ ਉਹਦੇ ਬਾਰੇ ਨਹੀਂ ਕੁਛ ਕਿਹਾ ਜਾ ਸਕਦਾ। ਬਿਲਕੁਲ ਚੱਲ ਰਹੀ ਹੈ, ਦੇਖੋ ਬਿਲਕੁਲ ਮੈਂ ਦੱਸਿਆ ਢੀਂਡ ਸਾਹਿਬ ਦੀ ਇੱਕ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਚਰਚਾ ਹੋਈ ਹੈ ਪਰ ਉਹ 'ਚ ਹਜੇ ਗੱਠਜੋੜ ਨਾਲੋਂ ਜ਼ਿਆਦਾ ਪੰਜਾਬ ਦੇ ਜਿਹੜੇ ਇਸ਼ੂ ਸੀਗੇ ਉਹਨਾਂ 'ਤੇ ਜ਼ਿਆਦਾ ਚਰਚਾ ਹੋਈ ਸੀ ਵੀ ਕੀ ਕੁਛ ਪੰਜਾਬ ਨੂੰ ਜਿਹੜਾ ਹੈ ਕੇਂਦਰ ਨੂੰ ਪੰਜਾਬ ਵਾਸਤੇ ਕਰਨਾ ਚਾਹੀਦਾ ਉਹ ਗੱਲਾਂ ਹੋਈਆਂ। ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਮੈਂ ਤੁਹਾਨੂੰ ਵਾਅਦੇ ਨਾਲ ਕਹਿਣ ਨੂੰ ਤਿਆਰ ਹਾਂ, ਨਾ ਤਾਂ ਢੀਂਡਸਾ ਸਾਹਿਬ ਨੇ ਮੰਤਰੀ ਦਾ ਅਹੁਦਾ ਲੈਣਾ ਅਤੇ ਨਾ ਹੀ ਸਾਡੀ ਕੋਈ ਕਿਸੇ ਤਰੀਕੇ ਦੀ ਕੋਈ ਸ਼ਰਤ ਹੈ। ਅਸੀਂ ਜੇ ਲਵਾਂਗੇ ਪੰਜਾਬ ਵਾਸਤੇ ਲਵਾਂਗੇ ਕੁਛ। ਇਹ ਮੈਂ ਅੱਜ ਇੱਥੇ ਪ੍ਰੈਸ ਦੇ ਵਿੱਚ ਇਹ ਕੈਂਡੀਡੇਟ ਕਹਿਣਾ ਵੀ ਅਸੀਂ ਮੰਤਰੀ ਕੇਂਦਰ ਦੇ ਵਿੱਚ ਢੀਂਡਸਾ ਸਾਹਿਬ ਨੇ ਨਹੀਂ ਬਣਨਾ ਅਤੇ ਉਹ ਕਈਆਂ ਨਾਲ ਸਾਡਾ ਆਲਰੇਡੀ ਹੋਇਆ ਵੀ ਹੋਇਆ, ਜਿਵੇਂ ਭੀਮ ਆਰਮੀ ਹੈ ਅਤੇ ਇੱਥੋਂ ਦੀ ਲੋਕਲ ਸਮਾਜਵਾਦੀ ਪਾਰਟੀ ਦੀ ਇਕਾਈ ਹੈ, ਉਹਨਾਂ ਨਾਲ ਆਲਰੇਡੀ ਸਾਡਾ ਗੱਠਜੋੜ ਹੋਇਆ ਹੋਏਗਾ। ਸਰ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀਗੀਆਂ ਪਰ ਉਹ ਹਜੇ ਤੱਕ ਨਹੀਂ ਮੰਨੀਆਂ ਗਿਆ, ਕਿਸਾਨਾਂ ਨੇ ਫਿਰ ਸੰਘਰਸ਼ ਸ਼ੁਰੂ ਕਰਤਾ ਡੀਸੀ ਦਫ਼ਤਰ ਦੇ ਅੱਗੇ 5 ਦਿਨਾਂ ਲਈ ਧਰਨਾ। ਦੇਖੋ ਚੰਨੀ ਜੀ ਤਾਂ ਐਲਾਨ ਕਰ ਦਿੰਦੇ ਆ ਬਾਅਦ 'ਚ, ਜਾਂ ਤਾਂ ਜਾਣ ਕੇ ਪੈਰਵਾਈ ਨਹੀਂ ਕਰਦੇ, ਉਹ ਐਲਾਨਾਂ ਨੂੰ ਅੰਜਾਮ ਵੀ ਦੇਣਾ ਤਾਂ ਹੁੰਦਾ ਨਾ, ਅਤੇ ਜੇ ਇਕੱਲੇ ਐਲਾਨ ਨੇ ਫਿਰ ਉਹਨਾਂ ਦਾ ਕੋਈ ਮਾਇਨੇ ਨਹੀਂ ਰੱਖਦੇ। ਉਹ ਤਾਂ ਫਿਰ ਇੱਕ ਜਿਵੇਂ ਮੈਨੀਫੈਸਟੋ 'ਚ ਬਾਕੀ ਪਾਰਟੀਆਂ ਐਲਾਨ ਕਰੀਆਂ ਨੇ ਉਹੋ ਜਿਹੀ, ਮੁੱਖ ਮੰਤਰੀ ਤੋਂ ਤਾਂ ਇਹ ਆਸ ਨਹੀਂ ਹੁੰਦੀ, ਉਹਨਾਂ ਨੂੰ ਤਾਂ ਜਿਹੜੇ ਐਲਾਨ ਕਰਤੇ ਅਗਲੇ ਦਿਨ ਉਹਨਾਂ ਦੀ ਫੈਸਲਾ ਕਰਕੇ ਅਗਲੇ ਨਹੀਂ ਤਾਂ ਅਗਲੀ ਕੈਬਨਿਟ 'ਚ ਫੈਸਲਾ ਕਰਕੇ ਉਹਦਾ ਨੋਟੀਫਿਕੇਸ਼ਨ ਕਰਾਉਣਾ ਚਾਹੀਦਾ ਇਮੀਡੀਏਟਲੀ। ਤੁਸੀਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਰਹੇ ਹੋ ਜਦੋਂ ਕਾਂਗਰਸ ਦੇ ਵਿੱਚ ਸੀ, ਹੁਣ ਉਹਨਾਂ ਨਾਲ ਗੱਲ ਨਹੀਂ, ਮੇਰੀ ਗੱਲ ਸੁਣੋ, ਉਹਨਾਂ ਨਾਲ ਜਿਹੜੀਆਂ ਉਹਨਾਂ ਦੀ ਗੱਲ ਦੇ ਮਤਭੇਦ ਸਾਡੇ ਹੈਗੇ ਨੇ ਅੱਜ ਵੀ ਨੇ, ਪਰ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਗੱਠਜੋੜ ਵਾਲੇ ਮਸਲੇ 'ਤੇ ਅਸੀਂ ਜਿਹੜੇ ਆਪਦੀਆਂ ਗੱਲਾਂ ਰੱਖਾਂਗੇ। ਅਸੀਂ ਅੱਜ ਵੀ ਕਹਿੰਦੇ ਵੀ ਜਿਹੜਾ ਉਹਨਾਂ ਨੇ ਗੁਟਕਾ ਸਾਹਿਬ 'ਤੇ ਸਹੁੰ ਹੱਥ ਰੱਖ ਕੇ ਸਹੁੰ ਖਾਧੀ, ਉਹ ਗਲਤ ਕੀਤਾ। ਮੈਂ ਅੱਜ ਵੀ ਕੈਟੇਗੋਰੀਕਲੀ ਕਹਿੰਦੇ ਅਸੀਂ ਦੇਖੋ ਅਜੇ ਕੁਛ ਨਹੀਂ ਕਿਹਾ ਜਾ ਸਕਦਾ। ਇਹ ਤਾਂ ਗੱਠਜੋੜ ਤਾਂ ਜਦ ਤੱਕ ਹੋ ਨਹੀਂ ਜਾਂਦਾ ਉਨ੍ਹਾਂ ਚਿਰ ਕੁਛ ਨਹੀਂ ਹੁੰਦਾ, ਇਹ ਤਾਂ ਬਥੇਰੀਆਂ ਹੋਰ ਪਾਰਟੀਆਂ ਨਾਲ ਵੀ ਗੱਠਜੋੜ ਬਣਦੇ ਬਣਦੇ ਰਹਿ ਜਾਂਦੇ ਨੇ, ਇਹ ਕੋਈ ਜ਼ਰੂਰੀ।